ਤਰਨ ਤਾਰਨ ਦੇ ਸੀਆਈਏ ਸਟਾਫ ਵੱਲੋਂ ਜ਼ਿਲ੍ਹਾ ਤਰਨ ਤਾਰਨ ਵਿੱਚ ਵੱਖ ਵੱਖ ਥਾਵਾਂ ਤੋਂ 5 ਆਰੋਪੀਆਂ ਨੂੰ ਕਾਬੂ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ 676 ਗ੍ਰਾਮ ਹੈਰੋਇਨ, ਇੱਕ ਕਾਰ, ਇੱਕ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦੇ SPD ਜਗਜੀਤ ਸਿੰਘ ਵਾਲਿਆਂ ਨੇ ਦੱਸਿਆ ਕਿ ਜੁਗਰਾਜ ਸਿੰਘ ਕੋਲੋਂ 265 ਗ੍ਰਾਮ, ਸੰਦੀਪ ਸਿੰਘ ਕੋਲੋਂ 35 ਗ੍ਰਾਮ, ਮਨਜਿੰਦਰ ਸਿੰਘ ਕੋਲੋਂ 262 ਗ੍ਰਾਮ, ਰਣਵੀਰ ਸਿੰਘ ਕੋਲੋਂ 68 ਗ੍ਰਾਮ, ਮਨਜੀਤ ਸਿੰਘ ਕੋਲੋਂ 48 ਗ੍ਰਾਮ ਹੈਰੋਇਨ, ਇੱਕ ਕਾਰ ਅਤੇ ਇੱਕ ਬੁਲੇਟ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਪਾਸੋਂ ਪੁੱਛਗਿੱਛ ਜਾਰੀ ਹੈ। ਅੱਜ ਜਿਹੜਾ ਹੈਗਾ ਸਾਡੇ CA ਸਟਾਫ ਵੱਲੋਂ ਇੱਕ ਬੜਾ ਵਧੀਆ ਇੱਕ 676 ਗ੍ਰਾਮ ਦੀ ਟੋਟਲ ਜਿਹੜੀ ਰਿਕਵਰੀ ਹੋਈ ਆ ਅਲੱਗ ਅਲੱਗ ਜਗ੍ਹਾ 'ਤੇ, ਜਿਹੜੇ ਦੋ ਕੇਸ ਰਜਿਸਟਰ ਕਰ ਦਿੱਤੇ ਗਏ ਨੇ ਉਹਨਾਂ ਦੇ। ਇਹ ਅਲੱਗ ਅਲੱਗ ਬੰਦੇ ਜਿਹੜੇ ਸੀਗੇ ਜਿਹੜੇ ਨਸ਼ਾ ਸਪਲਾਈ ਕਰਨ ਦਾ ਕੰਮ ਤਰਨ ਤਾਰਨ ਦੇ ਏਰੀਏ ਦੇ ਵਿੱਚ ਜੋ ਪਤਾ ਲੱਗਾ ਸੀਗਾ, ਸਾਡੀ ਟੀਮਾਂ ਥਾਣਿਆਂ ਵੱਲੋਂ ਵੀ CA ਸਟਾਫ ਵੱਲੋਂ ਵੀ ਚੈਕਿੰਗ ਚੱਲਦੀ ਰਹਿੰਦੀ ਹੈਗੀ ਹੈ, ਇਸੇ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੱਦੇਨਜ਼ਰ ਜਿਹੜੀ ਅੱਜ ਸਾਡੇ ਹੋਏ ਆ, ਇੱਕ ਸਾਡਾ ਪੁਲਿਸ ਸੁਭਾ ਲਾਲੂ ਘੁੰਮਣ ਵਾਲੀ ਸਾਈਡ ਅਤੇ ਦੂਜਾ ਟੀ ਪੁਆਇੰਟ ਪੱਟੀ ਮੋੜ ਸਰਹਾਲੀ, ਇਹ ਦੋ ਅਲੱਗ ਅਲੱਗ ਜਗ੍ਹਾ 'ਤੇ ਸਾਡੇ CA ਸਟਾਫ ਦੇ ਜਿਹੜੇ ਨਾਕੇ ਸਾਡੇ ਚੈਕਿੰਗ ਚੱਲ ਰਹੀ ਸੀਗੀ। ਜਿੱਥੇ ਇੱਕ ਜਗ੍ਹਾ 'ਤੇ ਵਰਨਾ ਕਾਰ ਦੇ ਵਿੱਚ ਜਿਹੜੇ ਦੋ ਵਿਅਕਤੀ ਆਏ ਅਤੇ ਦੂਸਰੀ ਜਗ੍ਹਾ 'ਤੇ ਮੋਟਰਸਾਈਕਲ ਦੇ ਉੱਪਰ ਤਿੰਨ ਜਾਣੇ ਜਿਹੜੇ ਹੈਗੇ ਉਹ ਕਾਬੂ ਕੀਤੇ ਗਏ। ਇਹਨਾਂ ਤੋਂ ਵੱਖ ਵੱਖ ਜਿਹੜਾ 376 ਗ੍ਰਾਮ ਅਤੇ ਇੱਕ ਜਗ੍ਹਾ 300 ਗ੍ਰਾਮ ਜਿਹੜੀ ਹੀਰੋਇਨ, ਟੋਟਲ 676 ਗ੍ਰਾਮ ਹੀਰੋਇਨ ਜਿਹੜੀ ਆ ਉਹ ਬਰਾਮਦ ਹੋਈ ਹੈ। ਅਤੇ ਜਿਹੜਾ ਇੱਕ ਬੰਦਾ ਹੈਗਾ ਜਿਹੜੇ ਵਰਨਾ ਕਾਰ ਦੇ ਵਿੱਚ ਦੋ ਜਣੇ ਸੀਗੇ, ਇੱਕ ਬੰਦਾ ਜਿਹੜਾ ਹੈਗਾ ਜੋ ਸਪਲਾਈ ਕਰਦਾ ਸੀਗਾ ਅਸ਼ਵਨੀ ਸਿੰਘ, ਇਹ ਜਿਹੜਾ ਅਜਨਾਲੇ ਦਾ ਰਹਿਣ ਵਾਲਾ ਹੈਗਾ, ਇਹ ਇਹਨਾਂ ਨੂੰ ਅੱਗੇ ਹੀਰੋਇਨ ਦਿੰਦਾ ਸੀ ਅਤੇ ਇਹ ਜੁਗਰਾਜ ਅਤੇ ਸੰਦੀਪ ਉੱਥੋਂ ਹੀਰੋਇਨ ਲੈ ਕੇ ਅੱਗੇ ਸਪਲਾਈ ਕਰਦੇ ਸੀਗੇ। ਜਲਦੀ ਹੀ ਅਸ਼ਵਨੀ ਦੀ ਵੀ ਗ੍ਰਿਫਤਾਰੀ ਹੋ ਜਾਏਗੀ, ਉੱਥੋਂ ਫਿਰ ਹੋਰ ਬਰਾਮਦਗੀ ਹੋਣ ਦੀ ਵੀ ਸਾਨੂੰ ਉਮੀਦ ਹੈਗੀ। ਜਿਹੜੇ ਦੂਸਰੇ ਦੋ ਨੇ ਮਨਜਿੰਦਰ ਸਿੰਘ, ਰਣਬੀਰ ਸਿੰਘ ਅਤੇ ਮਨਜੀਤ ਸਿੰਘ, ਜਿਹੜੇ ਇਹਨਾਂ ਤੋਂ ਟੋਟਲ 376 ਗ੍ਰਾਮ ਜਿਹੜੀ ਹੀਰੋਇਨ ਬਰਾਮਦ ਹੋਈ ਹੈ ਅਤੇ ਬੁਲਟ ਮੋਟਰਸਾਈਕਲ 'ਤੇ ਇਹ ਜਿਹੜੇ ਉਸ ਟਾਈਮ ਸੀਗੇ।